ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੇ ਕੋਲ ਹੈਗਾ ਆ ਜ਼ਿਗਬੀ ਵਾਟਰ ਸੈਂਸਰ, ਅਤੇ ਟੂਯਾ ਕੰਪਨੀ ਦਾ ਹੈਗਾ ਆ। ਵੇਖਾਂਗੇ ਇਹਨੂੰ ਕਿਵੇਂ ਕਨੈਕਟ ਕਰੀਦਾ ਸੈਮਸੰਗ ਦੀ ਸਮਾਰਟਥਿੰਗ ਨਾਲ। ਇਹਨੂੰ ਕਨੈਕਟ ਕਰਨ ਲਈ ਸਾਨੂੰ ਚਾਹੀਦਾ ਐਜ ਡਰਾਈਵਰ, ਜਿਹਦਾ ਲਿੰਕ ਡਿਸਕ੍ਰਿਪਸ਼ਨ 'ਚ ਦੇਤਾ ਹੈ। ਲਿੰਕ 'ਤੇ ਜਾ ਕੇ ਲੌਗਇਨ ਕਰਕੇ ਸੈਟ ਕਰ ਲੈਣਾ। ਰੋਲ 'ਤੇ ਕਲਿੱਕ ਕਰਨਾ। ਅਵੇਲੇਬਲ ਡਰਾਈਵਰਸ ਇੱਥੇ ਸਾਰੇ ਡਰਾਈਵਰ ਹੈਗੇ ਨੇ। ਇੱਥੇ ਇੱਥੋਂ ਮੋਇਸਚਰ ਸੈਂਸਰ ਇੰਸਟਾਲ ਕਰਨਾ ਹੈ। ਆਇਆ ਵਾਟਰ ਸੈਂਸਰ, ਵਾਟਰ ਲੀਕ ਸੈਂਸਰ। ਇਹਨੂੰ ਪੇਅਰਿੰਗ ਮੋਡ 'ਚ ਪਾਉਣ ਲਈ ਇਹਨੂੰ 6 ਸਕਿੰਟ ਲਈ ਦੱਬ ਕੇ ਰੱਖਣਾ। ਇਹ ਸੋਚਣਾ ਜਿਹੜਾ ਤੁਪਕੇ ਦਾ ਲੋਗ ਬਣਿਆ, ਇਹ ਸੋਚਿਆ, ਇਹਨੂੰ ਦੱਬ ਕੇ ਰੱਖਣਾ। 1, 2, 3, 4, 5, 6 ਸਕਿੰਟ ਲਈ ਦੱਬਿਆ, ਇਹ ਪੇਅਰਿੰਗ ਮੋਡ 'ਚ ਆ ਗਿਆ। ਇੱਥੋਂ ਆਪਾਂ ਐਡ ਡਿਵਾਈਸ 'ਤੇ ਜਾਵਾਂਗੇ, ਸਕੈਨ ਨੀਅਰ ਬਾਏ। ਇੱਥੇ ਆ ਗਿਆ ਵਾਟਰ ਸੈਂਸਰ, ਡਰਾਈ ਸ਼ੋ ਕਰਨ ਡਿਆ। ਇਹਨੂੰ ਟੈਸਟ ਕਰੀਏ। ਇਹ ਹੈਗੇ ਸੈਂਸਰ ਦੇ ਪੁਆਇੰਟ, ਪਾਣੀ ਟੱਚ ਹੋਊਗਾ ਅਤੇ ਦੱਸਣਗੇ। ਇਹਨੂੰ ਆਪਾਂ ਸ਼ੋਰ ਕਰ ਕੋਈ ਨਹੀਂ। ਇਹ ਸੀ ਜੀ ਵੀਡੀਓ, ਕਿਵੇਂ ਕਰੀਦਾ ਟੋਇਆ ਦਾ ਵਾਟਰ ਸੈਂਸਰ ਸਮਾਰਟਥਿੰਗ ਨਾਲ ਕਨੈਕਟ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰ ਲਿਓ। ਮਿਲਦੀ ਹੈ ਅਗਲੀ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।